ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਤੁਸੀਂ ਗੁਰਮੰਤਰ ਦਾ ਨਾ ਅਭਿਆਸ ਕਰਦੇ ਰਹੋ ਲਗਾਤਾਰ। ਜੇਕਰ ਸਾਡੇ ਵਿੱਚ 10 ਗਲਤੀਆਂ ਨੇ, 10 ਦੀਆਂ 10 ਇੱਕ ਵਾਰ ਨਹੀਂ ਠੀਕ ਹੁੰਦੀਆਂ ਹੁੰਦੀਆਂ। ਜਦੋਂ ਜਿਹੜਾ ਸਹੀ ਤਰੀਕਾ ਨਾ, ਕੋਈ ਵੀ ਰੋਗ ਵੀ ਜਦੋਂ ਸਾਡੇ ਅੰਦਰ ਹੋ ਜਾਂਦਾ ਅਤੇ ਉਹ ਰੋਗ ਵੀ ਹੌਲੀ ਹੌਲੀ ਸਾਡੇ ਅੰਦਰ ਖਤਮ ਹੁੰਦਾ, ਉਹਦਾ ਪਰਹੇਜ਼ ਹੁੰਦਾ, ਦਵਾਈ ਹੁੰਦੀ ਹੈ। ਅਤੇ ਇਸ ਤਰ੍ਹਾਂ ਸਾਡੇ ਜਿਹੜੇ ਮਨ ਦੇ ਰੋਗ ਨੇ, 10 ਵਿੱਚੋਂ ਹੌਲੀ ਹੌਲੀ 1, 2, 3, 2.5, 2.5, 4, 5 ਇਸ ਤਰ੍ਹਾਂ ਕਰਕੇ ਖਤਮ ਹੁੰਦੇ ਨੇ। ਤੁਸੀਂ ਸਿਮਰਨ ਕਰਨਾ ਨਾ ਛੱਡੋ, ਅਤੇ ਕੋਈ ਗੱਲ ਨਹੀਂ, ਜੇਕਰ ਮਨ 2-4 ਗਲਤੀਆਂ ਕਰਦਾ ਵੀ ਅਤੇ ਜੇ ਆਪਾਂ ਸਿਮਰਨ ਦੇ ਨਾਲ ਵਿਸ਼ਵਾਸ ਰੱਖ ਕੇ ਜੁੜੇ ਰਹਿੰਦੇ ਹਾਂ ਅਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਹੌਲੀ ਹੌਲੀ ਸਹਿਜ ਸਭਾਏ ਤੁਹਾਡੇ ਅੰਦਰੋਂ ਸਹਿਜ ਉਹ ਕਲਾ ਉਹ ਸਮਝ ਪ੍ਰਗਟ ਕਰ ਦੇਣਗੇ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਗੁਰੂ ਸਾਹਿਬ ਕਿਰਪਾ ਕਰਨਗੇ। ਖੇਲ ਸਾਰਾ ਮਾਲਕ ਦਾ ਹੀ ਹੈ, ਬਿਲਕੁਲ ਠੀਕ ਗੱਲ ਹੈ। ਤੁਸੀਂ ਗੁਰਮੰਤਰ ਦਾ ਅਭਿਆਸ ਨਾ ਛੱਡੋ, ਕਰਦੇ ਰਹੋ ਅਤੇ ਕੋਈ ਨਹੀਂ ਗਲਤੀ। ਅਤੇ ਫਿਰ ਇਸ ਤਰ੍ਹਾਂ ਨਾ ਪੰਜੇ ਬਲੀ ਨੇ ਕਾਲ ਖੇਡ ਖਿਡਾਉਂਦਾ ਪਿਆ, ਪੰਜਾਂ ਦੇ ਰਾਹੀਂ ਇਸ ਤਰ੍ਹਾਂ ਕਰਾਉਂਦਾ ਅਤੇ ਮਨ ਨੇ ਇਹਨਾਂ ਤੋਂ ਉੱਪਰ ਉੱਠ ਕੇ ਰਹਿਣਾ ਗੁਰਮੰਤਰ ਨਾਲ, ਗਿਆਨ ਨਾਲ। ਅਤੇ ਜਦੋਂ ਇਸ ਤਰ੍ਹਾਂ ਹੋ ਜਾਂਦਾ ਅਤੇ ਉਦੋਂ ਸ਼ਬਦ ਦਾ ਅਭਿਆਸ ਵਧਾ ਦਿਆ ਕਰੋ ਅਤੇ ਇੱਕ ਰੋਜ਼ ਦਾ ਰੋਜ਼ 1 ਘੰਟਾ ਕਥਾ ਜ਼ਰੂਰ ਸੁਣੋ ਘੱਟੋ ਘੱਟ। ਅਤੇ ਜਿਸ ਦਿਨ ਜ਼ਿਆਦਾ ਵੀ ਮਨ ਖਰਾਬ ਹੁੰਦਾ ਉਸ ਦਿਨ ਵੀ ਕਥਾ ਸੁਣਿਆ ਕਰੋ ਜ਼ਿਆਦਾ। ਵਾਹਿਗੁਰੂ ਜੀ ਕਾ ਖਾਲਸਾ।